ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿੱਥੇ ਸਾਰੇ ਦੇਸ਼ ਭਰ ਨੂੰ ਲੋਕਡਾਊਨ ਕੀਤਾ ਹੋਇਆ ਹੈ। ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਇਲਾਕਾ ਵਾਸੀਆਂ ਵੱਲੋਂ ਪਹਿਲ ਕਦਮੀ ਕਰਕੇ ਸਾਰੇ ਦੇਸ਼ ਨੂੰ ਇੱਕ ਵੱਖਰਾ ਸੁਨੇਹਾ ਦਿੱਤਾ ਹੈ। ਇਲਾਕਾ ਵਾਸੀਆਂ ਨੇ ਆਪਣੇ ਦੋ ਗਲੀਆਂ ਨੂੰ ਸੀਲ ਕਰ ਦਿੱਤਾ ਅਤੇ ਆਪਣੀ ਗਲੀ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਗਲੀ ਤੋਂ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਨਾ ਹੀ ਕਿਸੇ ਬਾਹਰਲੇ ਵਿਅਕਤੀ ਨੂੰ ਗਲੀ ਦੇ ਅੰਦਰ ਆਉਣ ਨਹੀਂ ਦਿੱਤਾ ਜਾ ਰਿਹਾ। ਅਤੇ ਉਹਨਾਂ ਕਿਹਾ, ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਉਹ ਵੀ ਆਪਣੇ ਪੂਰੇ ਇਲਾਕੇ ਨੂੰ ਲੋਕਡਾਊਨ ਕਰ ਦੇਣ ਤਾਂ ਜੋ ਇਸ ਕੋਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਨਾਲ ਜੰਗ ਲੜੀ ਜਾਵੇ। ਇਹ ਮਲਾਸੀ ਨੇ ਇਸ ਕਰਕੇ ਕੀਤਾ ਵੀ ਕੋਰੋਨਾ ਵਾਇਰਸ ਦੀ ਜਿਹੜੀ ਬਿਮਾਰੀ ਫੈਲੀ ਆ ਉਹ ਤੋਂ ਆਪਣੇ ਮੁਹੱਲੇ ਨੂੰ ਬਚਾਉਣ ਵਾਸਤੇ ਸਾਡੇ ਵੱਡੇ ਭਾਈ ਜਿਹੜੇ ਮਨਜੀਤ ਭਾਈ ਦਾ ਸਾਨੂੰ ਬਹੁਤ ਸਾਥ ਆ ਵੀ ਅਸੀਂ ਰਾਤ ਦਿਨ ਇੱਥੇ ਇੱਕ ਕਰਕੇ ਆ ਮੁਹੱਲੇ ਦੀ ਸਾਰੀ ਦੇਖਭਾਲ ਕਰ ਰਹੇ ਹਾਂ ਅਤੇ ਸਾਨੂੰ ਮੁਹੱਲੇ ਨੂੰ ਵੀ ਚਾਹੀਦਾ ਵੀ ਸਾਡਾ ਸਹਿਯੋਗ ਦੇਣ। ਇਹਦੇ ਵਿੱਚ ਸਾਡੇ ਨਿੱਕੇ ਨਿੱਕੇ ਬੱਚੇ ਜੋ ਪਰਿਵਾਰ ਆ ਸਾਰੇ ਇਹੀ ਸਲਾਮਤ ਰਹਿਣ, ਅਸੀਂ ਤਾਂ ਮਹਾਰਾਜ ਅੱਗੇ ਇਹੀ ਅਰਦਾਸ ਕਰਾਂਗੇ। ਕਿਸੇ ਬਾਹਰਲੇ ਵਿਅਕਤੀ ਨੂੰ ਆਉਣ ਦਿੰਦੇ ਪਏ ਜਾਂ ਮੁਹੱਲੇ 'ਚ ਜਾਂ ਨਹੀਂ? ਨਹੀਂ ਨਹੀਂ, ਅਸੀਂ ਕਿਸੇ ਨੂੰ ਵੀ ਕੋਈ ਅਣਪਛਾਤਾ ਵਿਅਕਤੀ ਆਪਣੇ ਪਿੰਡ 'ਚ ਵੜਨ ਨਹੀਂ ਦੇ ਰਹੇ। ਜਿਹੜਾ ਅੱਜ ਮੁਹੱਲਾ ਸੀਲ ਕੀਤਾ, ਕੀ ਕਹਿਣਾ ਚਾਹੋਗੇ? ਜੋ ਇਹ ਮਹਾਮਾਰੀ ਦਾ ਕਹਿਰ ਚੱਲ ਰਿਹਾ ਕਰੋਨਾ ਵਾਇਰਸ ਦਾ, ਦੁਨੀਆ ਸਾਰੇ ਬਾਹਰਲੇ ਮੁਲਕ ਹਾਰ ਚੁੱਕੇ ਨੇ, ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਾਡਾ ਸਹਿਯੋਗ ਦੇਣ। ਜਿੱਦਾਂ ਵੀ ਸਰਕਾਰ ਨੇ ਕਿਹਾ ਵਾ ਘਰਾਂ ਦੇ ਵਿੱਚ ਸੇਫਟੀ ਰੱਖੋ, ਮੂੰਹ ਬੰਨ ਕੇ ਤੁਰੋ ਫਿਰੋ, ਬਾਹਰ ਦਾ ਵਿਅਕਤੀ ਆਪਣੇ ਮੁਹੱਲੇ ਦੇ ਵਿੱਚ ਐਂਟਰੀ ਨਹੀਂ ਕਰਨ ਦੇਵਾਂਗੇ। ਅਸੀਂ ਇਸੇ ਗੁਜ਼ਾਰਿਸ਼ 'ਚ ਹੈਗੇ ਹਾਂ ਕਿ ਸਾਰੇ ਮੁਹੱਲੇ ਵਾਲੇ ਸਾਡਾ ਸਾਥ ਦੇਣ ਤਾਂ ਕਿ ਸਾਰੇ ਇਹ ਮਹਾਮਾਰੀ ਦੇ ਕਹਿਰ ਤੋਂ ਬਚ ਸਕਣ। ਬਾਕੀ ਮੁਹੱਲੇ ਵਾਲਿਆਂ ਨੂੰ ਵੀ ਕੋਈ ਮੈਸੇਜ ਦੇਣਾ ਚਾਹੋਗੇ ਜਿਸ ਤਰ੍ਹਾਂ ਤੁਸੀਂ ਇਹ ਸਾਰਾ ਬੰਦ ਕੀਤਾ? ਬਸ ਮੁਹੱਲੇ ਵਾਲਿਆਂ ਦੇ ਅੱਗੇ ਇਹੀ ਗੁਜ਼ਾਰਿਸ਼ ਆ ਕਿ ਸਾਡਾ ਸਾਥ ਦੇਣ, ਸਾਡੇ ਨਾਲ ਆਪੋ ਆਪਣੇ ਘਰਾਂ ਦੇ ਵਿੱਚ ਬਹਿਣ ਤਾਂ ਕਿ ਇਹ ਵਾਇਰਸ ਫੈਲਣ ਤੋਂ ਰੋਕਿਆ ਜਾਵੇ। ਅੰਮ੍ਰਿਤਸਰ ਤੋਂ ਹਨੀ ਮਹਿਰਾ, ਜੀਵੇ ਪੰਜਾਬ ਟੀਵੀ।